ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ। ਅੱਜ ਜਾਣਾ ਰੋਪੜ ਸ਼ਹਿਰ ਅਤੇ ਕਈ ਲਾਂਬੇ ਆ ਰਹੇ ਆ, ਪਹਿਲਾਂ ਇੱਧਰ ਮਾਤਾ ਨੂੰ ਮਿਲੋ। ਹਾਂਜੀ ਬਾਈ, ਕਿਆ ਕਰਨਾ? ਅੱਛਾ, ਅਤੇ ਬਾਈ ਜੀ ਇੱਕ ਫੋਨ ਖਰਾਬ ਹੋਇਆ ਪਿਆ ਮਾਤਾ ਦਾ, ਅਤੇ ਭੈਣ ਫੋਨ ਕਰਦੀ ਹੋਣੀ ਆ, ਫੋਨ ਮਿਲ ਨਹੀਂ ਰਿਹਾ। 3-4 ਦਿਨ ਹੋ ਗਏ, ਮੈਂ ਤਾਂ ਵੀ ਟਾਈਮ ਲੱਗਿਆ ਰੋਪੜ ਜਾਣ ਦਾ। ਉਹ ਕਹਿੰਦੀ ਜਾਂ ਤਾਂ ਨਵਾਂ ਲਿਆ ਕੇ ਦੇ ਦੇਣੀ, ਮੈਂ ਭੇਜ ਦੇਣਾ। ਦੇਖਦੇ ਅੱਜ ਰੋਪੜ ਜਾ ਕੇ ਵੀ ਜੇ ਸਿਮਤ ਦਾ ਤਾਂ ਸਵਰਾ ਲੈਣਾ, ਜੇ ਨਵਾਂ ਲਿਆ ਹੋਇਆ ਤਾਂ ਨਵਾਂ ਲੈ ਲੈਣਾ। ਠੀਕ ਹੈ, ਠੀਕ ਕਰਾਉਣਾ ਠੀਕ ਕਰਾਉਣਾ ਹੈ। ਕਈ ਦਿਨ ਹੋ ਗਏ ਫੋਨ ਵੀ ਨਹੀਂ ਆ ਰਹੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਫਿਰ ਭੈਣ ਨੇ ਹੀ ਫੋਨ ਕਰਦੀਆਂ ਹੁੰਦੀਆਂ, ਥੋੜ੍ਹੀ ਜਿਹੀ ਤੰਗੀ ਆਉਂਦੀ ਹੈ। ਅਤੇ ਚੱਲਦੇ ਰੋਪੜ ਸ਼ਹਿਰ ਨੂੰ, ਨਿੰਮੇ ਨੇ ਵੀ ਜਾਣਾ, ਉਹਨੇ ਵੀ ਕੁਛ ਸਮਾਨ ਲੈ ਕੇ ਆਉਣਾ ਆਪਣੀ ਮਾਤਾ ਵਾਸਤੇ, ਅਤੇ ਪੁੱਛਦੇ ਉਹਨੇ ਕਿਆ ਕਿਆ ਲੈਣਾ। ਅਤੇ ਕਰਦੇ ਜੀ ਵੀਡੀਓ ਸ਼ੁਰੂ, ਤੁਸੀਂ ਸਾਰਾ ਕੁਝ ਵੀਡੀਓ ਦੇ ਵਿੱਚ ਦੇਖਿਓ। ਸਭ ਤੋਂ ਪਹਿਲਾਂ ਕੰਮ ਬਾਈ ਜੀ ਆਪਣੇ ਮੋਟਰਸਾਈਕਲ ਦੀ ਚਾਬੀ ਚੱਕਣੀ ਹੁੰਦਾ। ਚਾਬੀ ਰਹਿ ਗਈ ਤੀ ਅੰਦਰ, ਅਤੇ ਮੋਟਰਸਾਈਕਲ ਖੜ੍ਹਾ ਬਾਹਰ, ਜੇ ਚੱਕੀ ਹੈ ਚਾਬੀ, ਅਤੇ ਫਿਰ ਚੱਲੀਏ ਹੁਣ ਬਾਹਰ ਨੂੰ। ਮੋਟਰਸਾਈਕਲ ਮੈਂ ਪੰਮੂ ਨੂੰ ਲੈ ਕੇ ਆਇਆ ਸਕੂਲ 'ਤੇ, ਅਤੇ ਉਹ ਬਾਹਰੇ ਖੜ੍ਹਾ ਤਾ ਤਾ ਆਹ ਖੜ੍ਹਾ ਪੁਰਾਣਾ ਮੋਟਰਸਾਈਕਲ ਪੈਸ਼ਨ ਪਲੱਸ, ਅਤੇ ਦੂਜਾ ਖੜ੍ਹਾ ਬਾਹਰ ਹੰਦਾਉਂਦੇ ਆ। ਰੈਂਬੋ ਚੱਲਦੇ ਆ ਬਾਈ ਜੀ ਹੁਣ ਨਿੰਮੇ ਜੱਟ ਦੇ ਘਰ, ਕਹਿੰਦੀ ਨੂੰ ਆ ਬਾੜਾ ਹੋ ਗਿਆ ਉਹਦਾ ਇੱਧਰ ਪਰੇ ਘਰ। ਨਿੰਮੇ ਜੱਟ ਨੂੰ ਬਾਕੀ ਬਾਈ ਸਾਰੇ ਕੰਮ ਆਉਂਦੇ ਆ, ਆਲ ਰਾਊਂਡਰ ਹੈ। ਇੱਕ ਪਰਨਾ ਨਹੀਂ ਬਣਦਾ ਬਤੰਦਰ, ਪਰਨਾ ਬਣਨਾ ਪੈਂਦਾ, ਤਿਆਰ ਕਰਨਾ ਪੈਂਦਾ ਜੀ। ਅਤੇ ਹੁਣ ਫੋਨ ਕਰਿਆ, ਕਹਿੰਦਾ ਅੰਦਰ ਤਾਂ ਆ ਰਿਹਾ ਏ, ਥੋੜ੍ਹੀ ਜਿਹੀ ਕਹਿੰਦਾ ਜਾੜ ਵੀ ਦੁਖ ਰਹੀ ਹੈ। ਉਹ ਫਿਰਦਾ ਦੇਖੋ ਅੰਦਰ, ਸਹੀ ਗੱਲ ਨਿਕਲੀ ਬਾਈ, ਪਰਨਾ ਬੰਨਿਆ ਨਹੀਂ ਹੈਗਾ, ਤਿਆਰ ਕਰਨਾ ਪੈਂਦਾ। ਸਭ ਤੋਂ ਪਹਿਲਾਂ ਕੰਮ ਆਉਂਦੀ ਸਾਰੇ ਜੱਟ ਦੇ ਪਰਨਾ ਬੰਨਣਾ ਪੈਂਦਾ। ਚਿੱਟੇ ਕੁੜਤੇ ਪਾਏ ਹੋਏ ਨੇ, ਤਾਂ ਮੰਤਰੀ ਉਹ ਲੱਗਦਾ ਬਾਈ ਜੀ, ਮੰਤਰੀ ਉਹ ਲੱਗਦਾ। ਬਾਈ ਦਾ ਪਰਨਾ ਕਿਹੜੇ ਤਰੀਕੇ ਕੇ ਬੰਨਿਆ? ਬਸ ਇੱਕ ਨਹੀਂ ਰੱਖ ਲਿਆ ਉੱਪਰ। ਲਓ ਬਾਈ ਜੀ, ਪਹਿਲਾਂ ਤਾਂ ਮਿਲੋ ਇੱਧਰ ਜੱਟ ਨੂੰ। ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਤੇ ਬਾਈ ਜੀ ਇਹ ਪਰਨਾ ਨਵੇਂ ਤਰੀਕੇ ਕੇ ਬੰਨਣ ਲੱਗ ਗਿਆ? ਨਹੀਂ, ਇੱਕ ਬਾਕੀ ਸਾਰੇ ਕੰਮ ਆਉਂਦੇ, ਇੱਕ ਇਹ ਪਰਨਾ ਨਹੀਂ ਸੱਚਾ ਜਨਾ ਬੰਨ ਹੁੰਦਾ, ਪਰਨੇ ਪਾ ਹੱਥ ਨਹੀਂ ਖੜਿਆ, ਕਹਿੰਦਾ ਬਾਕੀ ਸਾਰੇ ਕੰਮ ਆਉਂਦੇ। ਤੇ ਬਾਈ ਐਂ ਦੱਸ, ਪਰਨਾ ਦਾ ਆਪਾਂ ਬੰਨ ਲੈਂਦੇ, ਤੈਂ ਕਿਆ ਲਿਆਉਣਾ ਆਪਣੀ ਮਾਤਾ ਵਾਸਤੇ? ਸਮਾਨ ਲਿਆਉਣਾ ਬਸ, ਤੇਲ ਤੂਲ ਲਿਆਉਣਾ, ਹੋਰ ਚੀਜ਼ਾਂ ਲਿਆਉਣੀਆਂ। ਤੇ ਬੇਟਾ ਗੋਡੇ ਦੋਸਤੇ ਹਾਂ ਮਾਤਾ ਦੇ, ਤੇ ਤੇਰੇ ਤੂੰ ਵੀ ਕਹਿੰਦਾ ਮੈਨੂੰ ਫੋਨ 'ਚ ਨੂੰ ਵੀ ਮੇਰਾ ਕੋਈ ਦੋਸਤ ਦਾ? ਮੈਂ ਤਾਂ ਜਾੜ ਦੋ ਗੱਡੀ ਆ ਬਾਈ ਜੀ, ਜਾੜ ਦੋ ਦੀ ਦੇਖ ਲਓ, ਇੰਨਾ ਕੁ ਮੂੰਹ ਹੋਇਆ ਪਿਆ, ਇਹੋ ਜਿਹਾ ਦਰਦ ਨਾ ਜਾੜ ਦਾ, ਸਭ ਤੋਂ ਮਾੜਾ ਦਰਦ ਉੱਪਰ ਵੀ ਦੁਖਦਾ ਸਾਰੇ। ਅੱਛਾ, ਤੇ ਪਹਿਲਾਂ ਤਾਂ ਬੰਦੇ ਬਾਈ ਦਾ ਪਰਨਾ, ਫਿਰ ਇਹਨੇ ਆਪਣੀ ਮਾਤਾ ਦੇ ਗੋਡਿਆਂ ਵਾਸਤੇ ਤੇਲ ਲਿਆਉਣਾ, ਤੇ ਹੋਰ ਕਈ ਸਮਾਨ ਲਿਆਉਣੇ ਆ। ਫਿਰ ਜਲਦੇ ਸ਼ਹਿਰ ਨੂੰ ਮਾਰ ਕੇ ਇੱਕ ਲਿਆਉਣੀ ਛਤਰੀ, ਛਤਰੀ ਵੀ ਲਿਆਉਣੀ, ਆ ਮੀਂਹ ਪਾਉਂਗਾ ਹਰਦਾ ਨਹੀਂ ਬਾਈ, ਛਤਰੀ ਵੀ ਦੇਖ ਕੇ ਪਾਉਂਗਾ ਨਹੀਂ, ਮੀਂਹ ਪੈਂਦਾ ਤਾਂ ਫਿਰ ਕੰਮ ਆਉਂਦੀ ਆ। ਤੇ ਛਤਰੀ ਵੀ ਲਿਆਉਂਦੇ ਆ, ਤੇ ਬਾਈ ਹੁਣ ਬੰਦੇ ਪਰਨਾ, ਸਾਨੂੰ ਉਹ ਵੀ ਸ਼ੋਰਟ ਦਿਖਾ ਰਹੇ, ਦੇਖ ਵੀਡੀਓ ਛੋਟਾ ਜਿਹਾ। ਠੀਕ ਆ, ਬੰਦੀ ਪਰਨਾ ਜੱਟ, ਫਟਾਫਟ ਪਰਨਾ ਬੰਨੀਏ ਪਹਿਲਾਂ ਬਾਈ, ਬਾਕੀ ਕੰਮ ਬਾਅਦ 'ਚ। ਪਹਿਲਾਂ ਪਰਨਾ, ਪਹਿਲਾਂ ਪਰਨਾ ਜ਼ਰੂਰੀ। ਦੇਖੋ ਬਣ ਗਈ ਟੋਰ ਹੁਣ ਬਾਈ ਦੀ ਇੱਧਰ, ਹਾਂ ਐਂਡ ਗੱਲਬਾਤ ਲਾਤੀ ਬਾਬੇ, ਦੇਖੋ ਕਿਆ ਘੈਂਟ ਪਰਨਾ ਬੰਨਿਆ, ਐਨ ਥੋੜ੍ਹਾ ਜਿਹਾ ਮੂੰਹ ਨਿੰਮੇ ਥੋੜ੍ਹਾ ਜਿਹਾ ਲੱਗਦਾ, ਪਤਾ ਨਹੀਂ ਕਿਆ ਗੱਲ ਹੈ, ਪਤਾ ਨਹੀਂ ਜਾੜ ਦੇ ਦਰਦ ਕਰਕੇ ਲੱਗਦਾ ਹੈ। ਦੇਖੋ ਬਾਈ ਪਰਨਾ ਕਿਹੋ ਜਿਹਾ ਬੰਨਿਆ, ਪਹਿਲੀ ਵਾਰ 'ਚ ਬੰਨਿਆ, ਢਾਇਆ ਨਹੀਂ ਹੈਗਾ ਜਮਾਂ ਹੀ। ਕਿਆ ਲੈਣਾ? ਸੈੱਲ ਲਿਆਉਣਾ ਇੱਕ, ਚੈੱਕ ਬਾਈ ਸੈੱਲ ਵੀ ਲੈ ਕੇ ਆਉਣਾ, ਬੈਂਟਰੀ ਦਾ ਬਾਹਰ ਵਾਲੀ ਬੈਂਟਰੀ ਦਾ ਮਿਲ ਜੂ, ਮਿਲ ਜਾਣੇ, ਇੱਕ ਸੈੱਲ ਵੀ ਲਿਆਉਣਾ ਬਾਈ, ਨਿੰਮੇ ਨੇ ਇੱਕ ਹੋਰ ਡਿਮਾਂਡ ਵਧਾ ਦਿੱਤੀ, ਹੁਣ ਟਾਈਮ ਖਰਾਬ ਕਰਨੇ ਤੇ ਬਿਨਾਂ ਸਿੱਧੇ ਹੀ ਚੱਲਦੇ ਸ਼ਹਿਰ ਰੋਪੜ ਨੂੰ।
सब तो पहला काम पेट्रोल तेल जरूरी है सब तो पहला काम तेल 110 रुपए का पा लिया एक लीटर हाँ देख दे क्या एवरेज दे रहे हैं भाई रोपड़ में हम मुड़ 110 गल कि नहीं मैंने मैं लग जाऊँ पता लो भाई घूमते घुमाते रोपड़ जा रहे थे इधर वीर को आए फिर कि प्रधान वधिया भाई तू सुनाओ क्या तैयार हो रहा स्पलेंडर स्पलेंडर तैयार हो रहा एक जमें ही पट के रखता तो कि कलर करना अलग तरीके के बना चलो जिदन तैयार हो गया फिर सामने दिखाई ₹500 बुलेट भी तैयार हो रहा फौजी कलर तैयार खड़ा देख लो धोपने च पाता कट्ठा करके सारे स्पलेंडर तैयार खड़ा साडा मोटरसाइकिल ते फिर हूँ आओगे प्रधान असं देखते कितने जिदन तैयार होगा गेड़ा मर के जाऊंगे तेरा कुछ भी नहीं बस तेरे दर्शन हो गए होर बहुत है और ठीक है लो भाई घूमते घुमाते एटीएम च पहुँच गए सब तो पहला काम कैश जरूरी है नहीं मैं एटीएम देता पैसे कढ़ाने भी फिर माता का फोन दिखा तो बाकी होर काम करने इदा ही पैना इदा ही निम्मा पहला अपना बैलेंस चेक करन लगे है उसके बाद मैं अपना करूँगा लो भाई जी साडा फोन जूंदा हो गया निम्मे ने बैटरी खराब करती थी थोड़ा जहा बंदा खराब है लो जी अज घूमते घुमाते इधर फिर वीर को क्या हाल है वीर तो वीर कहना निम्मा बोलता नहीं कुछ भी चुप चुप है वो वीडियो च बोलते तो आशु मोबाइल केयर है वीरे ये पै जी बाजार के बिच तो भाजी तो समान लेना था कुछ ये कहें भी अगले हफ्ते आजूगा अच्छा कोई गल नहीं भी अगली बार ट्राई करा ओके भाजी डीसी भाई ऐप थोड़ा मिला के जाऊंगे थोड़े घर डीसी भाजी भाजी कहते पक्की यारी नहीं मैं पुराना तो अपने घर भी भाजी ने मैं एक फोन दवा के लेके गया था एक भाई इनू ऐतकी फिर लेके जाऊंगे फिर थोड़े को भी फोन नवा ओके जी मिल गया जट मिल गया तेल ते भाई ये मिले आ दुकान तो निम्मे जट लो भाई जी अज छतरी लेन लगे निम्मा जट सौदा कर लग्या ते निम्मा देख दे भाई केड़ी ब्रांड लंदा है बिचे 250 रुपए की है बिचे 150 रुपए की बिचे 300 वाली भी हैगी बाबे है सारी ब्रांड है बाकी जेहे जे पैसे लाने निम्मे ओही चीज ले लै जेड़ी तेन पसंद है देख लै 200 वाली लेनी 200 वाली देख लै 250 वाली लेनी 250 वाली देख लै बच्चे वाली भी हैगी है पंप भी है ठीक है निम्मे बटन के खुलती है क्या रेट है भाई 250 कह रहा बाकी भाई घट वध कर लेना असीं लो जी निम्मे नू आ छतरी पसंद आ गई ना ही तो निम्मे दूसरी साइड नू टेढ़ी करी मेरे कहने 250 की कहता था यह 220 या 30 रुपए निम्मे ने सौदा मार लिया ठीक है निम्मे धुप्प तुर के देख धुप्प पैंदी परे जाके आ इधर नू मेरे कहने नू उपर जा कमड़ जी मूंह देखता क्या बातें ने लो वीर जी कुछ क समान मिल गया तो कुछ क रह गया निम्मे क्या क्या ले लिया सैल मिले भाई 220 रुपए का सैनी तो ठीक है तेल भी मिल गया छतरी भी मिल गई दाल भी मिल गई तो माता वाला फोन भी चलता हो गया 50 रुपये पाई माता वाला फोन भी चालू हो गया वो भी बैटरी पवा ली वारंटी दी बैटरी 6 महीने की फोन की बैटरी हाँ वो 6 महीने की गरंटी मिल गई तो एक भाई सीट कवर पाना था बुलेट का वो कहें भी है नहीं अगले हफ्ते पवा दे जो वो काम भी रह गया मेरे सैल की गरंटी कोई नहीं हैगी तो फिर घर में जाने का टाइम हो गया था निम्मा कहना फिर कि कुलचा खा जाते तो हूँ इधर कुलचा रेडी हो रहा देख लो भाई छतरी ले लो छतरी का सौदा भी करे लिया भाई निम्मे ने मिल गई पास 220 रुपए की मिल गई भाई जी छतरी
बोल्ट का काम रह गया भाई अज 350 रुपए का कहते सीट कवर रोपड़ जो बोल्ट का बाकी पुराना तो अज वो कहते है नहीं। चल कोई नहीं अगली बार हूँ पिछे जाना पैना सानू असं दोबारा जाना नहीं हूँ अगली बार आऊँगे फिर करके जाऊँगे ओके ठीक है। चक जट गोल गप्पा लो जी हुण घूमदे घुमांदे पहुंच गए घर ठीक रहा यात्रा किदां रही बहुत वधिया रही ते ठीक ही रहा बई गर्मी बहुत ही कुछ क काम बन गए कुछ रह गए अगली बार देखदे हुण निम्मे नूं मिलदी छुट्टी समान हैगा निम्मे अपना ओके फिर शाम ਉਹਦਾ ਰਾਜੀ।